ਸਤਿਕਾਲ ਜੀ, ਬਾਜ ਟੀ ਵੀ ਵੇਖ ਰਹੇ ਹੋ ਤੁਸੀਂ, ਮੈਂ ਹਾਂ ਵਿਸ਼ਾਲ। ਪੰਜਾਬ ਦਾ ਜ਼ਿਕਰ ਆਵੇ ਤਾਂ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਬਖਸ਼ਿਸ਼ ਲੰਗਰ ਦਾ ਜ਼ਿਕਰ ਨਾ ਆਵੇ ਤਾਂ ਕਦੀ ਹੋ ਨਹੀਂ ਸਕਦਾ। ਅੱਜ ਪਹੁੰਚੇ ਹਾਂ ਸ਼੍ਰੀ ਤਰਨ ਤਾਰਨ ਸਾਹਿਬ ਦੇ ਹੋਸਪਿਟਲ, ਜੋ ਕਿ ਸਰਕਾਰੀ ਹੋਸਪਿਟਲ ਹੈ, ਜਿੱਥੇ ਇੱਕ ਸੰਸਥਾ ਦੇ ਵੱਲੋਂ ਰੋਜ਼ਾਨਾ ਹੀ 140 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਲੰਗਰ ਪਹੁੰਚਾਇਆ ਜਾ ਰਿਹਾ। ਮੈਂ ਕੈਮਰਾਮੈਨ ਨੂੰ ਬੇਨਤੀ ਕਰੇਗਾ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਨ। ਧੰਨ ਗੁਰੂ ਰਾਮਦਾਸ ਲੰਗਰ ਸੇਵਾ ਹੁਸ਼ਿਆਰਪੁਰ ਦੀ ਗੱਡੀ ਹੈ, ਜੋ ਰੋਜ਼ਾਨਾ ਕਰੀਬ 140 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਿਵਲ ਹੋਸਪਿਟਲ ਤਰਨ ਤਾਰਨ ਦੇ ਵਿੱਚ ਮਰੀਜ਼ਾਂ ਵਾਸਤੇ ਲੰਗਰ ਲੈ ਕੇ ਪਹੁੰਚਦੀ ਹੈ। ਸੰਸਥਾ ਪਿਛਲੇ 5-6 ਸਾਲ ਤੋਂ ਲਗਾਤਾਰ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਅਤੇ ਨਿਰੰਤਰ ਲਗਾਤਾਰ ਕੰਮ ਇਹਨਾਂ ਦੇ ਵੱਲੋਂ ਜਾਰੀ ਹੈ। ਪੰਜਾਬ ਦੇ ਵੱਖ ਵੱਖ ਹੋਸਪਿਟਲ, ਭਾਵੇਂ ਹੋਸਪਿਟਲ ਕਿਤੇ ਵੀ ਹੋਵੇ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬੱਸ ਸਟੈਂਡ, ਰੇਲਵੇ ਸਟੇਸ਼ਨ ਦੇ ਵਿੱਚ ਇਸ ਸੰਸਥਾ ਦੇ ਵੱਲੋਂ ਲੋਕਾਂ ਦੀ ਸਹੂਲਤ ਵਾਸਤੇ ਲੰਗਰ ਪਹੁੰਚਾਇਆ ਜਾ ਰਿਹਾ ਹੈ। ਮੁਫ਼ਤ ਦੇ ਵਿੱਚ ਲੰਗਰ ਦਿੱਤਾ ਜਾ ਰਿਹਾ, ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਲੰਗਰ ਦੀ ਪਰੰਪਰਾ ਚਲਾਈ ਸੀ। ਅੱਜ ਵੀ ਸਾਡੇ ਪੰਜਾਬ ਦੇ ਲੋਕ ਉਸ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਲੰਗਰ ਲਗਾਤਾਰ ਪੰਜਾਬ ਦੇ ਵਿੱਚ ਵਰਤਾ ਰਹੇ ਨੇ। ਗੱਲਬਾਤ ਕਰਦੇ ਇਸ ਵੀਰ ਜੀ ਨਾਲ। ਵੀਰ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਇਹ ਜੀ ਵਾਹਿਗੁਰੂ ਜੀ, ਇਹ ਸੰਸਥਾ ਗੁਰੂ ਰਾਮਦਾਸ ਲੰਗਰ ਸੇਵਾ ਜੀ, ਲੰਗਰ ਸੇਵਾ ਰਸੋਈ ਘਰ ਹੁਸ਼ਿਆਰਪੁਰ ਦੇ ਨਾਂ ਤੇ ਹੈ ਜੀ। ਹਾਂਜੀ, ਰੋਜ਼ਾਨਾ ਜੀ ਫ੍ਰੀ ਵਿੱਚ ਜੀ, ਫ੍ਰੀ ਵਿੱਚ ਜੀ। ਕੋਈ ਇੱਥੇ ਕੋਈ ਰੋਜ਼ਾਨਾ ਤੇ ਗੱਲ ਕੀਤੀ ਆ ਕਿ ਸੰਗਤ ਵੱਧ ਹੀ ਕਰਦੀ ਰਹਿੰਦੀ ਆ, ਮੈਕਸੀਮਮ ਕੋਈ 2-3 ਹਜ਼ਾਰ ਬੰਦੇ ਦਾ ਲੰਗਰ ਹੀ ਲੈ ਕੇ ਆਉਂਦੇ ਆ ਜੀ। ਹਾਂਜੀ ਹਾਂਜੀ, ਐਨ ਆਰ ਆਈ ਵੀਰਾਂ ਦਾ ਭਾਈ ਮਨਜੀਤ ਸਿੰਘ ਜੀ, ਉਹਨਾਂ ਦੇ ਸਹਿਯੋਗ ਦੇ ਨਾਲ ਜੋ ਓਨਰ ਹੈਗੇ ਉਹਨਾਂ ਨਾਲ ਚੱਲ ਰਿਹਾ ਜੀ। ਹਾਂਜੀ, ਹਰ ਰੋਜ਼ ਦਾ ਮੈਨੂ ਵੱਖਰਾ ਵੱਖਰਾ ਜੀ, ਹਰ ਡੇਲੀ ਇੱਕ ਨਹੀਂ, ਹਰ ਰੋਜ਼ ਸਬਜ਼ੀ ਵੱਖਰੀ ਆਉਣੀ ਆ। ਹਾਂਜੀ, ਇਹ ਜੀ 140 ਕਿਲੋਮੀਟਰ ਦਾ ਵਾਹਿਗੁਰੂ ਜੀ। ਹਾਂਜੀ, ਆਉਣ ਜਾਣ 200 ਇਹ ਸੰਸਥਾ ਕਰਦੀ ਆ ਜੀ ਆਪਣੇ ਵੱਲੋਂ ਜੀ। ਵਾਹਿਗੁਰੂ ਜੀ, ਕੋਈ ਸੰਸਥਾ 5-7 ਸਾਲ ਤੋਂ ਕੰਮ ਇਹ ਸੇਵਾ ਨਿਭਾ ਰਹੀ ਆ ਜੀ। ਹਾਂਜੀ, ਸੰਸਥਾ ਦੇ ਵਿੱਚ ਗੱਡੀਆਂ ਜੀ ਕੋਈ 40-42 ਦੇ ਕਰੀਬ ਗੱਡੀਆਂ ਜੀ ਇਸ ਚੱਲ ਰਹੀਆਂ ਜੀ, ਜੋ ਜੀ ਸੇਵਾ ਨਿਭਾ ਰਹੀਆਂ ਗੱਡੀਆਂ, ਤੇ ਇਸ ਤਰ੍ਹਾਂ ਹੀ ਹਰ ਇੱਕ ਗੱਡੀ ਵੱਖੋ ਵੱਖ ਸ਼ਹਿਰ ਨੂੰ ਜਾ ਰਹੀ ਆ ਜੀ। ਤਰਨ ਤਾਰਨ ਵਿੱਚ ਇਹ ਪ੍ਰਸ਼ਾਦੇ ਜਿੰਨਾ ਪ੍ਰਸ਼ਾਦਾ ਲੱਗਦਾ ਉਹਦੇ ਹਿਸਾਬ ਦੇ ਨਾਲ ਗੱਡੀ, ਸਾਡੇ ਜਿਹੜੇ ਮਤਲਬ ਕਿ ਮੈਨੇਜਰ ਹੈਗੇ ਭਾਈ ਲਿਆਕ ਸਿੰਘ ਜੀ, ਉਹ ਇੱਥੇ ਮੁਆਇਨਾ ਕਰਦੇ ਰਹਿੰਦੇ ਜੀ ਗੱਡੀ ਦੇ ਮਗਰ ਪਿੱਛੇ ਕਿ ਇੱਥੇ ਕਿੰਨੀ ਹੈ, ਕਿੰਨੀ ਜ਼ਰੂਰਤ ਆ, ਕਿੰਨਾ ਨਹੀਂ, ਫਿਰ ਉਸ ਹਿਸਾਬ ਦੇ ਨਾਲ ਜਿੰਨਾ ਲੰਗਰ ਹੋਵੇ ਉਨੀਆਂ ਗੱਡੀਆਂ ਭੇਜ ਦਿੰਦੇ ਜੀ। ਹਾਂਜੀ ਵਾਹਿਗੁਰੂ ਜੀ, ਅੱਬਲ ਤਾਂ ਅਜੇ ਤੱਕ ਕਦੀ ਇੱਦਾਂ ਹੋਇਆ ਹੀ ਨਹੀਂ ਆ, ਸਾਡੇ ਕੋਲ ਲੰਗਰ ਹਮੇਸ਼ਾ ਫਾਲਤੂ ਹੀ ਰਹਿੰਦਾ ਜੀ। ਜੇ ਮੰਨ ਲਓ ਕੋਈ ਸੰਗਤ ਕੋਈ ਕਿਸੇ ਐਮਰਜੈਂਸੀ ਕੋਈ ਵੱਧ ਵੀ ਆ ਜੇ ਤੇ ਸਾਡੇ ਕੋਲ ਮਤਲਬ ਕਿ ਪਿੱਛੇ ਗੱਡੀਆਂ ਖੜੀਆਂ ਉਹ ਮਤਲਬ 2-2.5 ਘੰਟੇ ਵਿੱਚ, ਤਰਨ ਤਾਰਨ ਵੀ 2 ਘੰਟੇ ਵਿੱਚ ਪਹੁੰਚ ਜਾਂਦੀ ਹੈ ਜੀ, ਲੰਗਰ ਲੈ ਕੇ ਪਹੁੰਚ ਜੂਗੇ ਜੀ। ਸੇਵਾਦਾਰ ਜੀ ਇੱਥੇ ਕੋਈ ਘੱਟ ਤੋਂ ਘੱਟ ਵੀ ਟੋਟਲ ਮਿਲਾ ਕੇ ਕੋਈ ਲਾਂਗਰੀ ਸਿੰਘ ਆ, ਕੋਈ ਸਫਾਈ ਕਰਮਚਾਰੀ ਆ, ਕੋਈ ਜੀ ਇੱਦਾਂ ਡਰਾਈਵਰ ਆ, ਕੋਈ ਹੈਲਪਰ ਆ, ਕੋਈ 50-60 ਦੇ ਕਰੀਬ ਹੈਗੇ ਆ ਜੀ। ਹਾਂਜੀ ਜੀ, ਮੈਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਇੱਕੋ ਕਹੂੰਗਾ ਕਿ ਮਹਾਰਾਜ ਦੇ ਨਾਂ ਲੱਗੋ ਤੇ ਨਸ਼ਾ ਪਾਣੀ ਛੱਡੋ ਜੀ। ਇੱਕ ਜੀ ਸਾਡੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੋ ਗਿਆ ਜੀ, ਤੇ ਸਭ ਤੋਂ ਜ਼ਿਆਦਾ ਜੀ ਨਸ਼ਾ ਹੀ ਜ਼ਿੰਦਗੀ ਖਰਾਬ ਕਰ ਰਿਹਾ, ਕਿਉਂਕਿ ਅਸੀਂ ਵੱਖ ਵੱਖ ਹੋਸਪਿਟਲਾਂ 'ਤੇ ਜਾਂਦੇ ਹਾਂ। ਸਭ ਤੋਂ ਪਹਿਲਾਂ ਜੇ ਅੱਜ ਮੇਰੀ ਗੱਲ ਇੱਕ ਕੜਗੀ ਲੱਗੇ ਉਸ ਨੂੰ, ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਹੋਸਪਿਟਲਾਂ 'ਚ ਗੋਲੀਆਂ ਦਿੰਦੇ ਆ ਇਹ ਬੰਦ ਕਰਾਓ ਜੀ।
ਇਹ ਬੰਦ ਹੋਣੀਆਂ ਚਾਹੀਦੀਆਂ। ਇੱਕ ਪਾਸੇ ਮੁੱਦਾ ਲਾਉਂਦੇ ਜੀ ਨਸ਼ਾ ਬੰਦ ਕਰੋ, ਦੂਜੇ ਪਾਸੇ ਤੁਸੀਂ ਆਪ ਗੋਲੀਆਂ ਦੇ ਦੇ ਉਹਨਾਂ ਨੂੰ ਬਰਬਾਦ ਕਰ ਰਹੇ ਜੀ। ਇਹ ਜੀ ਵਾਹਿਗੁਰੂ, ਇਹ ਆ ਗਲਤੀ ਹੋ ਗਈ, ਇਹ ਮਾਫ਼ ਕਰਿਓ ਜੀ। ਸਭ ਤੋਂ ਵੱਡਾ ਮੇਰਾ ਸੰਦੇਸ਼ ਇਹੋ ਹੀ ਆ ਕਿ ਜਿਹੜਾ ਨੌਜਵਾਨ ਪੀੜ੍ਹੀ ਆ ਉਹ ਜੀ ਰੁਲੀ ਪਈ ਆ, ਮੇਰੇ ਕੋਲ ਪ੍ਰਸ਼ਾਦਾ ਛਕਣ ਦੇ ਇਹੋ ਜਿਹੇ ਆਉਂਦੇ ਆ ਕਿ ਚੰਗੇ ਚੰਗੇ ਨੌਜਵਾਨ ਜਿਹਨਾਂ ਦੇ ਹੱਥ ਕੰਮ ਮੰਡੇ ਹੁੰਦੇ ਕੋਈ ਪਤਾ ਨਹੀਂ ਹੁੰਦਾ, ਫਿਰ ਵੀ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਜੀ। ਬੈਠੋ, ਉਹਨਾਂ ਨੂੰ ਇਹੋ ਹੀ ਆਉਂਦੇ ਆ ਕਿ ਇਹ ਛੱਡੋ, ਗੁਰੂ ਦੇ ਲੜ ਲੱਗੋ, ਕੋਈ ਆਪਣਾ ਕੰਮ ਕਰੋ, ਆਪਣਾ ਸੁਧਾਰੋ ਜੀ। ਇਹ ਸਾਡਾ ਇਹੋ ਹੀ ਸੰਦੇਸ਼ ਆ ਜੀ। ਬਿਲਕੁਲ ਜੀ, ਨੌਜਵਾਨਾਂ ਨੂੰ ਨਸ਼ੇ ਛੱਡ ਕੇ ਗੁਰੂ ਦੇ ਨਾਲ ਜੁੜਨ ਦੀ ਅਪੀਲ ਕੀਤੀ ਜਾ ਰਹੀ ਆ। ਅਸੀਂ ਇੱਕ ਵੀਰ ਦੀ, ਸਾਡੇ ਨਾਲ ਮੇਰੇ ਵਿੱਚ ਕੀ ਨਾਂ? ਮੇਰਾ ਨਾਂ ਰਜਿੰਦਰ ਸਿੰਘ ਹੈ ਜੀ। ਅਸੀਂ ਇੱਥੇ ਡਰਾਈਵਰ 108 ਐਂਬੂਲੈਂਸ ਤੇ ਜੀ ਸੇਵਾ ਕਰ ਰਹੇ ਹਾਂ। 108 ਹਾਂਜੀ ਹਾਂਜੀ, 108 ਸੇਵਾ ਹੀ ਹੈ। ਹਾਂਜੀ, ਸੇਵਾ ਹੀ ਹੈ ਵੀ। ਇਹ ਰੋਜ਼ਾਨਾ ਗੱਡੀ ਇੱਥੇ ਲੰਗਰ ਲੈ ਕੇ ਪਹੁੰਚ ਰਹੀ ਹੋ, ਕੀ ਸੁਨੇਹਾ ਦੇ ਰਹੇ? ਨਾ ਜੀ, ਬਹੁਤ ਵਧੀਆ ਗੱਲ ਹੈ ਜੀ। ਹਸਪੀਟਲ ਦੇ ਵਿੱਚ ਵੇਖੋ, ਇੱਕ ਤਾਂ ਮਰੀਜ਼ ਜਿਹੜਾ ਪਹਿਲਾਂ ਹੀ ਲੋਕ ਦੁਖੀ ਆਉਂਦੇ ਆ, ਔਰ ਦੂਜਾ ਕਈ ਇਹੋ ਜਿਹੇ ਵੀ ਮਰੀਜ਼ ਹੁੰਦੇ ਕਿ ਜਿਨ੍ਹਾਂ ਨੂੰ ਮਗਰ ਕੋਈ ਰੋਟੀ ਲੈ ਕੇ ਨਹੀਂ ਆਉਣ ਵਾਲਾ ਹੁੰਦਾ, ਜਿਹੜੇ ਕੋਈ ਦੂਰੋਂ ਆਉਂਦੇ ਆ, ਉਹਨਾਂ ਵਾਸਤੇ ਇੱਕ ਬਹੁਤ ਵਧੀਆ ਸਹੂਲਤ ਹੈਗੀ ਆ ਵੀ ਰੋਟੀ ਆਉਣ ਡਈ ਆ, ਰੋਟੀ ਪ੍ਰਸ਼ਾਦਾ ਮਹਾਰਾਜ ਦਾ ਛਕਣ ਡਏ ਆ, ਅਤੇ ਬਹੁਤ ਵਧੀਆ ਗੱਲ ਆ ਜੀ। ਬੜੀ ਵਧੀਆ ਇਹਨਾਂ ਦਾ ਉਪਰਾਲਾ ਵਾ ਜਿਹੜਾ ਇਹਨਾਂ ਨੇ ਗੱਡੀ ਲੱਗੀ ਆ, ਰੋਜ਼ਾਨਾ ਹੀ ਆ ਰਹੀ ਆ ਜੀ, ਰੋਜ਼ਾਨਾ ਬਹੁਤ ਵਧੀਆ ਉਪਰਾਲਾ ਜੀ ਇਹਨਾਂ ਦਾ, ਜਿਹੜਾ ਮਹਾਰਾਜ ਸੇਵਾ ਦਿੱਤੀ ਇਹਨਾਂ ਨੇ ਕਰਨ ਡਏ ਆ, ਬਹੁਤ ਵਧੀਆ ਗੱਲ ਆ ਜੀ। ਬਿਲਕੁਲ ਜੀ, ਜੇ ਗੱਲ ਕਰੀਏ, ਸਾਡੇ ਘਰ 4 ਪ੍ਰਾਹੁਣੇ ਆਏ ਤਾਂ ਬੀਬੇ ਨੂੰ ਵੈਸੇ ਵਕਤ ਪੈ ਜਾਂਦਾ ਰੋਟੀ ਖਵਾਉਣੀ ਪੈਂਦੀ। ਇੱਥੇ ਵੀਰਾਂ ਦੇ ਵੱਲੋਂ ਲਗਾਤਾਰ ਰੋਜ਼ਾਨਾ 2000 ਤੋਂ ਲੈ ਕੇ 2500 ਦੇ ਕਰੀਬ ਵਿਅਕਤੀਆਂ ਦਾ ਲੰਗਰ ਪਹੁੰਚਾਇਆ ਜਾ ਰਿਹਾ। ਕੈਮਰਾਮੈਨ ਦੇ ਨਾਲ ਵਿਸ਼ਾਲ, ਬਾਜ ਟੀਵੀ, ਤਰਨਤਾਰਨ।